ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਠੀਕ ਕਰਨ ਵਾਸਤੇ ਸਾਡੇ ਜਿਹੜੇ ਏਡੀਸੀਪੀ ਮੈਡਮ ਅਮਨਦੀਪ ਉਹਦੇ ਨਾਲ ਅਸੀਂ ਸਾਡੇ 4 ਏਸੀਪੀ ਸਰ ਬਣ ਲੱਗੇ ਨੇ ਜੀ ਔਰ 6 ਇਨਸਪੈਕਟਰ ਤਕਰੀਬ 500 ਬੰਦਾ ਅਸੀਂ ਲਾ ਦਿੱਤਾ ਜਿਹੜੇ ਦੁਕਾਨਦਾਰਾਂ ਨੇ ਅਕਰੋਲਮੈਂਟ ਕੀਤੀ ਆ ਕੋਈ ਸਮਾਨ ਪਰ ਪਿਆ ਉਹ ਹਰ ਸਮਾਨ ਦੁਕਾਨਦਾਰ ਦੇ ਅੰਦਰ ਹੋਊਗਾ ਕੋਈ ਆਪਣਾ ਬਾਹਰ ਨਹੀਂ ਵੀ ਜੇ ਹੁਣ ਮੋਟਰਸਾਈਕਲ ਇੱਕ ਫਰਟ ਕੋਮ ਵੇਚ ਰਹੇ ਨੇ ਜਾਂ ਠੀਕ ਕਰ ਰਹੇ ਨੇ ਵੀ ਆ 50 60 60 ਮੋਟਰਸਾਈਕਲ ਬਾਹਰ ਲਾਈ ਹੋਏ ਆ ਬਿਲਕੁਲ ਇਦਾਂ ਨਹੀਂ ਕਰਨ ਦੇਾਂਗੇ ਸਿੰਗਲ ਫਿਲਮ ਕਾਲੀ ਗੱਡੀ ਵਾਲੀ ਸ਼ਰਤ ਨਹੀਂ ਚੱਲੂਗੀ ਚਾਹੇ ਉਹ ਕੋਈ ਵੀ ਹੋਵੇ ਕਿਸੇ ਦਾ ਵੀ ਫੋਨ ਕਰਾਂ ਅਸੀਂ ਉਹਨਾਂ ਨੂੰ ਰਿਸਪੈਕਟ ਦੇਵਾਂਗੇ ਪਿਆਰ ਦੇਵਾਂਗੇ ਪਰ ਇਹ ਜੋ ਵੀ ਸਾਡੂੰ ਗਾਈਡਲਾਈਨ ਦਿੱਤੀ ਕਿ ਗਵਰਨਮੈਂਟ ਵੱਲੋਂ ਇਸ ਕਰਕੇ ਜੋ ਗਵਰਨਮੈਂਟ ਦੀ ਗਾਈਡਲਾਈਨ ਮਿਲੀ ਜਾਂ ਜੋ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਿਹਾ ਗਿਆ ਉਹਦੇ ਤੇ ਅਸੀਂ ਪ੍ਰੋਪਰ ਕੰਮ ਕਰਾਂਗੇ ਇਹ ਹਰ ਬੰਦੇ ਨਾਲ ਸਾਡੇ ਵੱਲੋਂ ਰਿਸਪੈਕਟ ਨਾਲ ਗੱਲ ਹੋਊਗੀ ਅਗਰ ਉਹ ਗਲਤ बोल ਰਿਹਾ ਅਸੀਂ ਉਹਦੀ ਰਿਕਾਰਡਿੰਗ ਕਰਾਂਗੇ ਔਰ ਜੋ ਕਾਨੂੰਨੀ ਕਾਰਵਾਈ ਉਸਕਤੀ ਨਾ ਕਰਾਂਗੇ ਅੰਮ੍ਰਿਤਸਰ ਦੀ ਟ੍ਰੈਫਿਕ ਬੜਾ ਵਿਕਰਾਲ ਰੂਪ ਧਾਰਨ ਕਰ ਗਈ ਸੀ ਇਹਨੂੰ ਠੀਕ ਠੰਗ ਨਾਲ ਚਲਾਉਣ ਵਾਸਤੇ ਪੁਲਿਸ ਵੱਲੋਂ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਸ਼ਹਿਰ ਵਾਸੀਆਂ ਕੋ ਵੀ ਸਹਿਯੋਗ ਮੰਗਿਆ ਗਿਆ ਜਿਹੜੀਆਂ ਟੀਮਾਂ ਨੇ ਉਹ ਵੀ ਸੜਕਾਂ ਤੇ ਤਾਰ ਦਿੱਤੀਆਂ ਗਈਆਂ ਨੇ ਸਾਨਾਲੇ ਅੰਮ੍ਰਿਤਸਰ ਦੇ ਡੀਸੀਪੀ ਲਾਲ ਲਾਡਰ ਪਰਮੇਂਦਰ ਸਿੰਘ ਪੰਡਾਲ ਨਾਲ ਗੱਲਬਾਤ ਕਰਦੇ ਹਾਂ ਪੰਡਾਲ ਸਾਹਿਬ ਕੀ ਪ੍ਰੋਗਰਾਮ ਤੁਸੀਂ ਜਿਹੜਾ ਟ੍ਰੈਫਿਕ ਬੜੀ ਵੱਡੀ ਸਮੱਸਿਆ ਬਣ ਚੁੱਕਿਆ ਹੈ ਕੀ ਪ੍ਰੋਗਰਾਮ ਲੁਕਿਆ ਜੀ ਇਹਨੂੰ ਠੀਕ ਕਰਨ ਵਾਸਤੇ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਠੀਕ ਕਰਨ ਵਾਸਤੇ ਸਾਡੇ ਜਿਹੜੇ ਏਡੀਸੀਪੀ ਮੈਡਮ ਅਮਨਦੀਪ ਉਹਦੇ ਨਾਲ ਅਸੀਂ ਸਾਡੇ 4 ਏਸੀਪੀ ਸਰਦਨ ਲੱਗੇ ਨੇ ਜੀ ਔਰ 6 ਇਨਸਪੈਕਟਰ ਤਕਰੀਬ 500 ਬੰਦਾ ਅਸੀਂ ਲਾ ਦਿੱਤਾ ਔਰ ਜਦੋਂ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਆ ਟੋਟਲੀ ਮੇਰੇ ਖਲਨਾ 3 ਇਨਸਪੈਕਟਰ ਸੀ ਔਰ 1.5 ਤੋਂ 200 ਬੰਦਾ ਸੀਗਾ ਵੱਡੀ ਫੋਰਸ ਇਹਨਾਂ ਨੂੰ ਦੇਣ ਦੇ ਨਾਲ ਹੁਣ ਇਹਨਾਂ ਦੇ ਨਾਲ ਡਿਊਟੀਆਂ ਲੱਗ ਦਿੱਤੀਆਂ ਵੀ ਇਹ ਕੱਲ ਤੋਂ ਹੀ ਆਪਣਾ ਮੀਟਿੰਗਾਂ ਸ਼ੁਰੂ ਕਰ ਦੇਣਗੇ ਜੂਨ ਵਾਈਜ਼ ਆਪਣੀਆਂ ਮੀਟਿੰਗ ਕਰਨਗੇ ਏਰੀਆ ਵਾਈਜ਼ ਮੀਟਿੰਗ ਕਰਨਗੇ ਛੋਟੇ ਛੋਟੇ ਏਰੀਏ ਲੈਣਗੇ 5 500 ਮੀਟਰ 1000 1000 ਮੀਟਰ ਦੇ ਵਿੱਚ ਆਪਣੀਆਂ 5 5 10 10 ਬੰਦੇ ਮੋਤਵਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਮੁਸ਼ਕਲ ਸੁਣ ਕੇ ਆਪਣਾ ਵੀ ਉਹਨਾਂ ਨੂੰ ਸਾਰੀ ਦੱਸ ਕੇ ਟ੍ਰੈਫਿਕ ਨੂੰ ਠੀਕ ਕਰਨ ਵਾਸਤੇ ਇਹ ਉੱਤੇ ਵਰਕ ਕਰਨਗੇ ਸੋਨ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਤੋਂ ਬਾਅਦ ਜਿਹੜੇ ਕਿਸੇ ਰੋਡ ਦੇ ਉੱਤੇ ਕੋਈ yellow line ਤੋਂ ਬਾਹਰ ਸਮਾਨ ਪਿਆ ਆ ਜੋ ਰੋਡ ਨੂੰ ਪ੍ਰੋਬਲਮ ਖੜੀ ਕਰ ਰਿਹਾ ਆ ਟ੍ਰੈਫਿਕ ਦੇ ਵਿੱਚ ਆਮ ਨਾਗਰਿਕ ਜਿਹੜੇ ਆ ਉਹ ਤੋਂ ਖਰਾਬ ਹੋ ਰਿਹਾ ਉਹਦੇ ਵਾਸਤੇ ਅਸੀਂ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਸਾਡੀਆਂ ਇਹ ਟੀਮਾਂ ਜਿਹੜੀਆਂ ਪ੍ਰੋਪਰ ਵਰਕ ਕਰਨਗੀਆਂ ਉਹ ਤਾਂ ਜੋ ਕਿ ਜੇ ਸਾਡੇ ਰੋਡ ਸਾਫ ਹੋਣਗੇ ਰੋਡ ਕਲੀਅਰ ਹੋਣਗੇ ਤਾਂ ਸਾਡੀ ਜਿਹੜੀ ਸ਼ਹਿਰ ਦੀ ਟ੍ਰੈਫਿਕ ਆ ਉਹ ਬੜੇ ਆਮ ਤਰੀਕੇ ਨਾਲ ਨਾਰਮਲ ਤਰੀਕੇ ਨਾਲ ਚੱਲੇ ਜਿੱਥੇ 10 ਮਿੰਟ ਦਾ ਟਾਈਮ ਲੱਗਦਾ ਉੱਥੇ 10 ਮਿੰਟ ਚ ਬੰਦਾ ਪਹੁੰਚੇ ਇਹ ਨਹੀਂ ਕਿ ਉਹਨੂੰ ਇੱਕ ਇੱਕ ਘੰਟਾ ਲੱਗ ਜਾਵੇ ਸਰਦ ਸਾਹਿਬ ਦੇਖੋ ਜੀ 20 ਤੋਂ ਪਹਿਲੇ ਬੜੀ ਹਾਲਤ ਖਰਾਬ ਸੀ ਜੀ 20 ਚ ਪੁਲਿਸ ਨੇ ਤੇ ਪੂਰੀ ਸਾਰੇ ਐਡਮਿਨਿਸਟ੍ਰੇਸ਼ਨ ਨੇ ਬੜਾ ਅੱਛਾ ਕੰਮ ਕੀਤਾ ਸੜਕਾਂ ਖਾਲੀ ਕਰਾਈਆਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਇੱਕ ਆਟੋ ਇਲੀਗਲ ਆਟੋਸ ਏ ਰਿਕਸ਼ਾ ਤੇ ਇਨਕ੍ਰੋਚਮੈਂਟ ਇਹ ਤਿੰਨ ਚੀਜ਼ਾਂ ਦੇ ਨਾਲ ਜਿਹੜੀ ਹੈ ਉਹ ਟ੍ਰੈਫਿਕ ਥਾਂ ਥਾਂ ਜਾਮ ਰੰਦੀ ਹੈ ਇਧਰ ਲਈ ਕੀ ਮਤਲਬ ਕੀਆ ਕੋਈ ਸ਼ਕਤੀ ਕਰੇਗੀ ਪੁਲਿਸ ਹੂੰ ਬਿਲਕੁਲ ਜੀ ਅਸੀਂ ਇਹਦੇ ਵਿੱਚ ਜਿੰਨੇ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਦੁਕਾਨਦਾਰਾਂ ਨੇ ਅਕਰੋਜਮੈਂਟ ਕੀਤੀ ਆ ਕੋਈ ਸਮਾਨ ਪਰ ਪਿਆ ਉਹ ਹਰ ਸਮਾਨ ਦੁਕਾਨਦਾਰ ਦੇ ਅੰਦਰ ਹੋਊਗਾ ਕੋਈ ਆਪਣਾ ਬਾਹਰ ਨਹੀਂ ਵੀ ਜੇ ਹੁਣ ਮੋਟਰਸਾਈਕਲ ਇੱਕ ਫਰਜ ਕੋ ਬੇਚ ਰਹੇ ਨੇ ਜਾਂ ਠੀਕ ਕਰ ਰਹੇ ਨੇ 50 50 60 60 ਮੋਟਰਸਾਈਕਲ ਬਾਹਰ ਲਏ ਹੋਏ ਆ ਬਿਲਕੁਲ ਇਦਾਂ ਨਹੀਂ ਕਰਨ ਦੇਾਂਗੇ ਪ੍ਰੋਪਰ ਆਪਣੇ ਅੰਦਰ ਰੱਖਣ ਜੋ ਉਹਨਾਂ ਦੀ ਦੁਕਾਨ ਹੈ ਫੁੱਟਪਾਥ ਪੂਰੇ ਖਾਲੀ ਕਰਾਵਾਂਗੇ ਲੋਕ ਤੁਰ ਕੇ ਚੱਲਣ ਔਰ ਰੋਡ ਪੂਰਾ ਜਿਹੜਾ ਗੱਡੀਆਂ ਵਾਸਤੇ ਹੋਊਗਾ ਜਿਹੜਾ ਇਹਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਤੋਂ ਬਾਅਦ ਜੇ ਕੋਈ ਬੰਦਾ ਫਿਰ ਵੀ ਉਹਦੀ ਲੰਘਣਾ ਕਰਦਾ ਪਾਇਆ ਗਿਆ ਤਾਂ ਉਹਦੇ ਤੇ ਫਿਰ ਸਖਤੀ ਨਾਲ ਕਾਰਵਾਈ ਕਰਾਂਗੇ ਕਾਰਪੋਰੇਸ਼ਨ ਟੀਮ ਨਾਲ ਹੋਊਗੀ ਉਹ ਸਰੀਏ ਦੇ ਮੋਤਬਰ ਬੰਦੇ ਨਾਲ ਹੋਣਗੇ ਇਸ ਕਰਕੇ ਸ਼ਹਿਰ ਵਾਸੀਆਂ ਨੂੰ ਜੇ ਟ੍ਰੈਫਿਕ ਵਧਿਆ ਕਰਕੇ ਦੇਣ ਦਾ ਜੋ ਵਾਅਦਾ ਕੀਤਾ ਉਹਨੂੰ ਅਸੀਂ ਹੁਣ ਕਰ ਸਕਤੀ ਨਾ ਕਰਾਂਗੇ ਉਹ ਆਟੋਜ਼ ਐਂਡ ਇਰੀਕਸ਼ਾ ਸੈਕੰਡਰੀ ਗੱਲ ਆਟੋ ਦੀ ਇਹਨਾਂ ਨਾਲ ਵੀ ਸਾਡੀਆਂ ਜਿਹੜੀਆਂ ਐਜੂਕੇਸ਼ਨ ਟੀਮਾਂ ਲੱਗੀਆਂ ਹੋਈਆਂ ਇਹਨਾਂ ਨੂੰ ਪੂਰਾ ਐਜੂਕੇਟ ਕਰ ਰਹੇ ਆਂ ਔਰ ਇਹਦੇ ਵਿੱਚ ਵੀ ਉਹਨਾਂ ਨਾਲ ਮੀਟਿੰਗਾਂ ਕਰਕੇ ਇਹ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਇੱਕ ਲਾਈਨ ਵਾਈਜ਼ ਕਰਾ ਕੇ ਜੋ ਸਾਡੀਆਂ ਸਲੱਪ ਰੋਡਾਂ ਉਹਨਾਂ ਦੇ ਉੱਤੇ ਦੇਖਾਂਗੇ ਚਲਾ ਕੇ ਤਾਂ ਜੋ ਕਿ ਇਹ ਵੀ ਇੱਕ ਸਿੰਗਲ ਐਂਜੇ ਨੇ ਵੀ ਇੱਕ ਇੱਕ ਲਾਈਨ ਦੇ ਵਿੱਚ ਚਾਰ-ਚਾਰ ਲੱਗੇ ਹੋਣ ਤਾਂ ਜੋ ਕਿ ਪਿੱਛੋਂ ਟ੍ਰੈਫਿਕ ਰੁਕਦੀ ਅਗਰ ਸਿੰਗ ਕੋਈ ਕਾਲੀ ਨਾ ਕਰਨ ਜਿੱਦਾਂ ਵੱਡੇ ਸ਼ਹਿਰਾਂ ਦੇ ਵਿੱਚ ਚੱਲਦਾ ਉਸੇ ਤਰ੍ਹਾਂ ਕਰਨਗੇ ਸਾਡਾ ਸ਼ਹਿਰ ਬਹੁਤ ਵਧੀਆ ਚੱਲੇਗਾ ਅਸਲੀ ਪ੍ਰਾਸਾ ਜਿਵੇਂ ਇੱਥੇ ਜਿੱਥੇ ਮਰਜ਼ੀ ਬ੍ਰੇਕ ਮਾਰ ਦਿੰਦੇ ਨੇ ਐਕਸੀਡੈਂਟ ਦਾ ਕਾਰਨ ਬਣਦਾ ਨਾਲ ਦੀ ਨਾਲ ਈ ਰਿਕਸ਼ਾ ਇਸ ਕਰਕੇ ਸੀਗਾ ਵੀ ਥੋੜਾ ਪੋਲੂਸ਼ਨ ਜਿਹੜਾ ਘਟੋ ਪਰ ਉੱਤੇ ਬੜੀ ਵੱਡੀ ਸਮੱਸਿਆ ਬਣ ਗਿਆ ਈ ਰਿਕਸ਼ਾ ਇੰਨੇ ਜ਼ਿਆਦੇ ਹੋ ਗਏ ਨਾਲ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਹੈ ਕ੍ਰਾਈਮ ਹੁੰਦਾ ਤੇ ਉਹਨਾਂ ਨੂੰ ਲੱਭਣਾ ਬੜਾ ਮੁਸ਼ਕਲ ਹੈ ਕੀ ਇਹਨੂੰ ਲੈ ਕੇ ਵੀ ਸਰਕਾਰ ਨੂੰ ਕੋਈ ਪੁਲਿਸ ਵੱਲੋਂ ਕੋਈ ਨਵੀਂ ਗਾਈਡਲਾਈਨਸ ਮੰਗੇ ਕਿਉਂਕਿ ਸਰਕਾਰ ਨੇ ਕਿਹਾ ਵੀ ਇਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ ਹੈ ਬਿਲਕੁਲ ਜੀ ਅਸੀਂ ਫਿਰ ਵੀ ਇਹਦੇ ਤੇ ਪੂਰਾ ਜਿਹੜਾ ਸਾਡਾ ਇਹਦਾ ਰਿਕਾਰਡ ਮੇਨਟੇਨ ਕਰਾਂਗੇ ਕਿ ਸ਼ਹਿਰ ਦੇ ਵਿੱਚ ਟੋਟਲ ਕਿੰਨੇ ਆਟੋ ਰਿਕਸ਼ੇ ਨੇ ਕਿੰਨੀ ਈ ਰਿਕਸ਼ਾ ਨੇ ਸਾਡੀਆਂ ਟੀਮਾਂ ਜਿਹੜੀਆਂ ਉਹ ਇਹਨਾਂ ਤੇ ਵੀ ਵਰਕ ਕਰ ਰਹੀਆਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਪ੍ਰੋਪਰ ਸਾਰਾ ਦੇਖ ਲਾਂਗੇ ਕਿ ਕਿੰਨੇ ਚੱਲਣ ਯੋਗ ਨੇ ਕਿਹੜੇ ਨਹੀਂ ਚੱਲਣ ਯੋਗ ਉਹ ਸਾਰਾ ਇਹਨਾਂ ਨਾਲ ਮੀਟਿੰਗਾਂ ਕਰਕੇ ਤਾਂ ਆਉਣ ਵਾਲੇ ਟਾਈਮ ਤੇ ਅਸੀਂ ਹੱਲ ਕੱਢਾਂਗੇ ਬਰਾੜ ਸਾਹਿਬ ਆਮ ਤੌਰ ਤੇ ਦੇਖਿਆ ਬਹੁਤ ਸਾਰੀਆਂ ਗੱਡੀਆਂ ਐਸੀਆਂ ਜਿਹੜੀਆਂ ਕਾਲੀਆਂ ਫਿਲਮਾਂ ਲੱਗੀਆਂ ਹੁੰਦੀਆਂ ਜਾਂ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜਾਂ ਤਿੰਨ ਤਿੰਨ ਬੈਸਵਾਜੀ ਕਰਦੇ ਨੇ ਜਾਂ ਕਹਿੰਦੇ ਆ ਕਰ ਫੋਨ ਗੱਲ ਕਰ ਬਿਲਕੁਲ ਜੀ ਇੱਥੇ ਸਾਡੀ 100% ਸ਼ਕਤੀ ਹੋਊਗੀ ਸਿੰਗਲ ਫਿਲਮ ਕਾਲੀ ਗੱਡੀ ਵਾਲੀ ਸ਼ਰਤ ਨਹੀਂ ਚੱਲੂਗੀ ਚਾਹੇ ਉਹ ਕੋਈ ਵੀ ਹੋਵੇ ਕਿਸੇ ਦਾ ਵੀ ਫੋਨ ਕਰਾਣਾ ਅਸੀਂ ਉਹਨਾਂ ਨੂੰ ਰਿਸਪੈਕਟ ਦੇਵਾਂਗੇ ਪਿਆਰ ਦੇਵਾਂਗੇ ਪਰ ਇਹ ਜੋ ਵੀ ਸਾਡਾ ਗਾਈਡਲਾਈਨ ਦਿੱਤੀ ਹੈ ਕਿ ਗਵਰਨਮੈਂਟ ਵੱਲੋਂ ਆ ਇਸ ਕਰਕੇ ਜੋ ਗਵਰਨਮੈਂਟ ਦੀ ਗਾਈਡਲਾਈਨ ਮਿਲੀ ਆ ਜੋ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਿਹਾ ਗਿਆ ਉਹਦੇ ਤੇ ਅਸੀਂ ਪ੍ਰੋਪਰ ਕੰਮ ਕਰਾਂਗੇ ਲੇਕਿਨ ਜਿਵੇਂ ਤੁਸੀਂ ਚੰਡੀਗੜ੍ਹ ਚਲ ਜਾਨੇ ਆ ਉੱਥੇ ਤੁਸੀਂ ਆਪਣਾ ਸਾਰੇ ਜਾਂਦੇ ਸੀਟ ਬੱਡ ਲਾ ਲੈਨੇ ਆ ਤੁਹਾਨੂੰ ਜਦੋਂ ਕੋਈ ਪੁਲਿਸ ਵਾਲਾ ਰੋਕਦਾ ਤੁਸੀਂ ਉਹਨਾਂ ਨੂੰ ਰਿਸਪੈਕਟ ਨਾਲ ਗੱਲ ਕਰਦੇ ਆ ਠੀਕ ਹੈ ਨਾ ਇਸੇ ਤਰ੍ਹਾਂ ਹੀ ਇੱਥੇ ਅਸੀਂ ਹਰ ਬੰਦੇ ਨਾਲ ਸਾਡੇ ਵੱਲੋਂ ਰਿਸਪੈਕਟ ਨਾਲ ਗੱਲ ਹੋਊਗੀ ਅਗਰ ਉਹ ਗਲਤ ਬੋ ਰਿਹਾ ਅਸੀਂ ਉਹਦੀ ਰਿਕਾਰਡਿੰਗ ਕਰਾਂਗੇ ਔਰ ਜੋ ਕਾਨੂੰਨੀ ਕਾਰਵਾਈ ਉਸਕਤੀ ਨਾ ਕਰਾਂਗੇ ਅੱਜ ਬੜੀ ਬੜੀ ਕਿਹਾ ਗਿਆ ਵੀ ਸੀਸੀਟੀਵੀ ਕੈਮਰੇ ਲੱਗਣਗੇ ਸੀਸੀਟੀਵੀ ਕਈ ਜਗ੍ਹਾ ਤੇ ਲੱਗੇ ਵੀ ਐ ਬਟ ਉਹ ਸੀਸੀਟੀਵੀ ਚੱਲਦੇ ਨਹੀਂ ਐ ਤੇ ਕਿਆ ਇਹਨੂੰ ਲੈ ਕੇ ਕਿਉਂਕਿ ਕ੍ਰਾਈਮ ਰੋਕਣ ਵਾਸਤੇ ਇਹ ਬੜੇ ਹੈਲਪਫੁਲ ਹੋ ਸਕਦੇ ਨੇ ਤੀਜੀ ਅੱਖੇ ਨੂੰ ਕਹਾ ਜਾਂਦਾ ਬਿਲਕੁਲ ਮੈਂ ਇਹ ਚ ਦੱਸਣਾ ਚਾਹੁੰਦਾ ਕਿ ਸਾਡੇ ਇਸ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ 스마트 ਸਿਟੀ ਦੇ ਦੌਰਾਨ ਕੋਈ ਕਰੀਬ 1100 ਜਿਹੜਾ ਕੈਮਰਾ ਲੱਗ ਰਿਹਾ ਜਿਹਦੇ ਵਿੱਚ ਲਾਉਣ ਵਾਸਤੇ ਉਹਨਾਂ ਨੂੰ ਅਲੱਗ-ਅਲੱਗ ਜਿੱਥੇ-ਜਿੱਥੇ ਉਹਨਾਂ ਦੇ ਪੁਆਇੰਟ ਆ ਉੱਥੇ ਉਹਨਾਂ ਦੇ ਕੰਬੇ ਵਗੈਰਾ ਲਾ ਦਿੱਤੇ ਆ ਔਰ ਥੋੜੇ ਚਿਰ ਦੇ ਵਿੱਚ ਹੋਰ ਆਉਣ ਵਾਲੇ 2 ਮਹੀਨੇ 3 ਮਹੀਨੇ ਦੇ ਵਿੱਚ ਵਿੱਚ ਇਹ ਪੂਰੇ ਕੰਪਲੀਟ ਹੋ ਜਾਣੇ ਆ ਜਦੋਂ ਇਹ ਕੰਪਲੀਟ ਹੋ ਗਿਆ ਤਾਂ ਸਾਨੂੰ ਇਹਦਾ ਬਹੁਤ ਜਿਹੜਾ ਸੁਖ ਹੋ ਜਣਾ ਸਾਡੀਆਂ ਟੀਮਾਂ ਵੀ ਉੱਥੇ ਬੈਠਣ ਗਈਆਂ ਹਰ ਕੈਮਰੇ ਨੂੰ ਵਾਚ ਕਰਾਂਗੇ ਸਾਡੀ ਟੀਮ ਲੱਗੀ ਹੋਊਗੀ ਤੇ ਵਾਇਰਲੈਸ ਸੈੱਟ ਹੋਊਗਾ ਆਲਰੇਡੀ ਉੱਥੋਂ ਮੈਸੇਜ ਤੁਹਾਡੇ ਜਿਹੜਾ ਵਾਕੀ ਟੋਕੀ ਸਿਸਟਮ ਆ ਉੱਥੇ ਜਿਹੜਾ ਸਾਡੀ ਉੱਥੇ ਉਹ ਸੇਰੀ ਦੀ ਪੁਲਿਸ ਦੀ ਗੱਡੀ ਘੁੰਮ ਰਹੀ ਆ ਮਟਰਸਕ ਘੁੰਮ ਰਿਹਾ ਉਹਦੇ ਨਾਲ ਟਾਈਪ ਰੱਖਿਆ ਜਾਊਗਾ ਤਾਂ ਜੋ ਕਿ ਜੇ ਕੋਈ ਦਿੱਕਤ ਕਿਤੇ ਕੋਈ ਐਕਸੀਡੈਂਟ ਹੁੰਦਾ ਕਿਤੇ ਕੋਈ ਰੋਲਰ ਆਪਾ ਸ਼ਰਾਤੀ ਅਨਸਰ ਕੋਈ ਘੁੰਮਦੇ ਫਿਰਦੇ ਆ ਤੇ ਸਾਡੀਆਂ ਮੌਕੇ ਵਾਲੀਆਂ ਟੀਮਾਂ ਜਿਹੜੀਆਂ ਇਮੀਜਲੀ ਉਹਨੂੰ ਵਾਚ ਕਰਨਗੀਆਂ ਤੇ ਕੋਈ ਲੋਕਾਂ ਲਈ ਵੀ ਹੈਲਪਲਾਈਨ ਨੰਬਰ ਜਾਰੀ ਕਰੋਗੇ ਵੀ ਲੋਕਾਂ ਨੂੰ ਮੰਨ ਲਓ ਕਿ ਸੇ ਟ੍ਰੈਫਿਕ ਬਹੁਤ ਜ਼ਿਆਦਾ ਫਸ ਗਿਆ ਹੈ ਰ 97811 30630 ਮੈਂ ਚਾਹੁੰਗਾ ਰਿਪੀਟ ਕਰ ਦਿੰਦਾ ਔਰ ਇਹ ਦੁਬਾਰਾ ਦੱਸਣਾ ਚਾਹਣਾ 97811 30630 ਕਿ ਸਾਡਾ ਟ੍ਰੈਫਿਕ ਦੇ ਵਿੱਚ ਸਾਡਾ 24 ਘੰਟੇ ਇਹ ਜਿਹੜਾ ਨੰਬਰ ਚੱਲ ਰਿਹਾ ਕਿਸੇ ਨੂੰ ਵੀ ਕੋਈ ਟ੍ਰੈਫਿਕ ਸਬੰਧੀ ਪ੍ਰੋਬਲਮ ਆ ਇੱਥੇ ਆਪਣੀ ਨੋਟ ਕਰਾਉਣ ਉਹ ਅੱਗੇ ਜਿਹੜੇ ਸਾਡੇ ਫੀਲਡ ਅਫਸਰ ਆ ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਕਿ ਮੌਕੇ ਜਾ ਕੇ ਉਹਨੂੰ ਕਲੀਅਰ ਕਰਨ। ਲਾਸਟ ਵਾਲਾ ਬਨਰ ਸਾਹਿਬ ਇੱਕ ਤਾਂ ਇਲਲੀਗਲ ਬੱਸਾਂ ਜਿਹੜੀਆਂ ਵੀਡੀਓ ਕੋਚਸ ਬੱਸਾਂ ਦੇਖੋ ਸੜਕ ਦੇ ਉੱਪਰ ਲੱਗੀਆਂ ਨੇ ਸਟੇਸ਼ਨ ਦੇ ਸਾਹਮਣੇ। ਹਾਲਗੇਟ ਦੇ ਵਿੱਚ ਵੀ ਖੜੀ ਆਉਂਦੀਆਂ ਜਿੱਥੇ ਉਹ ਸਬਜੀ ਮੰਡੀ ਉੱਥੇ ਵੀ ਤੇ ਕੀ ਇਹਨਾਂ ਦੇ ਉੱਪਰ ਕੋਈ ਸ਼ਕਤੀ ਹੋਏਗੀ ਕਿ ਨਹੀਂ ਦੂਸਰਾ ਬਹੁਤ ਸਾਰੇ ਅਦਾਇਰੇ ਨੇ ਵੱਡੇ ਵੱਡੇ ਹੋਟਲ ਬਣ ਗਏ ਪਾਰਕਿੰਗ ਕੋਈ ਨਹੀਂ ਹੈ ਸਮੱਸਿਆ ਸਿੱਧਾ ਬਲੇਮ ਆ ਜਾਂਦੀ ਪੁਲਿਸ ਨੂੰ ਵੀ ਪੁਲਿਸ ਰੈਗੂਲੇਟ ਨਹੀਂ ਕਰਦੀ ਕਾਪੋਰੇਸ਼ਨ ਵਾਲੇ ਵੀ ਆਪਣੀ ਜ਼ਿੰਮੇਵਾਰੀ ਕਈ ਵਾਰੀ ਠੀਕ ਠਾਕ ਨਾ ਨਹੀਂ ਮਵਾਉਂਦੇ ਅਸੀਂ ਇਸੇ ਕਰਕੇ ਦੱਸਣਾ ਚਾਹੁੰਦਾ ਮੈਂ ਅਸੀਂ ਹਰ ਇੱਕ ਨਾਲ ਮੀਟਿੰਗ ਕਰਾਂਗੇ ਚਾਹੇ ਉਹ ਦੁਕਾਨਦਾਰ ਆ ਚਾਹੇ ਉਹ ਹੋਟਲ ਵਾਲਾ ਚਾਹੇ ਉਹ ਸਕੂਲ ਆ ਜੋ ਇਹ ਜਿਹੜੀਆਂ ਰੋਡ ਤੇ ਬੱਸਾਂ ਲੱਗੀਆਂ ਬਿਲਕੁਲ ਜਿਹੜੀ ਰੋਡ ਨੂੰ ਖਰਾਬ ਕਰ ਰਹੀਆਂ ਚੀਜ਼ਾਂ ਉਹ ਅਸੀਂ ਹੋ ਨਹੀਂ ਦਿਆਂਗੇ ਜੇ ਅਨਲੀਗਲ ਕੋਈ ਬੱਸਾਂ ਚਲਦੀਆਂ ਉਹ ਵੀ ਤੁਸੀਂ ਮੇਰੇ ਧਿਆਨ ਚ ਲੈਂਦਾ ਅਸੀਂ ਉਹ ਵੀ ਦੇਖਾਂਗੇ ਇਸ ਕਰਕੇ ਆਲਰੇਡੀ ਵੱਖੋ ਵੱਖਰੇ ਡਿਪਾਰਟਮੈਂਟ ਵੀ ਹੈ ਸਾਡੇ ਆਰਟੀਓ ਵਗੈਰਾ ਨੇ ਹੋਰ ਅਫਸਰ ਨੇ ਲੱਗੇ ਜਿਹੜੇ ਇਹਨਾਂ ਨੂੰ ਵਾਚ ਕਰਦੇ ਨੇ ਜਿੱਥੇ ਕਿ ਤੇ ਸਾਨੂੰ ਲੱਗੂਗਾ ਕਿ ਸ਼ਹਿਰ ਦੇ ਵਿੱਚ ਕੋਈ ਇਹ ਬੰਦਾ ਜਿਹੜਾ ਅਨਲੀਗਲ ਕੰਮ ਕਰਦਾ ਉੱਤੇ ਵੀ ਸਾਡੀ ਜਿਹੜੀ ਪੂਰੀ ਸ਼ਕਤੀ ਹੋਊਗੀ ਇੱਕ ਸਵਰਥਾ ਸਭ ਹੋਰ ਜੇ ਇੱਕ ਟ੍ਰੈਫਿਕ ਰੂਲ ਨੂੰ ਲੈ ਕੇ ਸਰਕਾਰ ਨੇ ਇੱਕ ਬੜੀ ਵੱਡੀ ਸ਼ਕਤੀ ਕੀਤੀ ਸੀਗੀ ਤੇ ਨਵੇਂ ਉਹਨਾਂ ਨੇ ਕਿਹਾ ਸੀ ਵੀ ਜਿਹ ਮੈਨੂੰ ਲੱਗੇਗਾ ਜਾਂ ਉਹਨੂੰ ਇੰਪਲੀਮੈਂਟ 체ਤੀ ਕਰ ਦਿੱਤਾ ਜਾਏਗਾ ਨਹੀਂ ਦੇਖੋ ਅਸੀਂ ਤਾਂ ਸ਼ੁਰੂਆਤ ਕਰ ਹੀ ਦਿੱਤੀ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਹੋਣਾ ਸਾਡੇ ਐਵਰੇਜ ਜਿਹੜੇ ਹਰ ਜਿਹੜੀ ਕੋਈ ਬੰਦਾ ਉਲੰਘਣਾ ਕਰ ਰਿਹਾ ਉੱਤੇ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਥੇ ਸਖਤੀ ਕਰਾਂਗੇ ਮੇਰਾ ਅੱਜ ਦਾ ਜਿਹੜਾ ਫੋਕਸ ਹੋਈ ਹੋਈ ਆ ਵੀ ਲੋਕਾਂ ਨੂੰ ਇੱਕ ਵਾਰੀ ਅਵੇਅਰ ਕਰ ਦਈਏ ਕਿ ਅਸੀਂ ਇਸ ਚੀਜ਼ ਨੂੰ ਨਹੀਂ ਕਰਨਾ ਜੀ 20 ਦੇ ਦੌਰਾਨ ਤੁਸੀਂ ਦੇਖਿਆ ਹੋਣਾ ਅਸੀਂ ਲੋਕਾਂ ਨੂੰ ਇੱਕ ਦੱਸ ਦਿੱਤਾ ਸੀ ਇੱਕ ਵਾਰੀ ਕਰਕੇ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਔਰ ਲੋਕ ਇਸ ਗੱਲ ਨਾਲ ਸਹਿਮਤ ਹੋ ਗਏ ਕਿ ਸ਼ਾਇਦ ਜੀ 20 ਜੀ 20 ਕਰਕੇ ਤਾਂ ਹੋ ਗਿਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਹਨੂੰ ਕਲੀਅਰ ਕਰਾਂਗੇ ਹੁਣ ਸਾਨੂੰ ਸ਼ਹਿਰ ਵਾਸੀਆਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਪੁਲਿਸ ਦਾ ਸਹਿਯੋਗ ਦੇਣ ਇਹ ਉਹਨਾਂ ਵਾਸਤੇ ਹੀ ਕੰਮ ਕਰ ਰਹੇ ਆ ਅਗਰ ਸ਼ਹਿਰ ਜਿਹੜਾ ਹੈ ਹੁਣ ਇੱਕ ਦੁਕਾਨਦਾਰ ਆ ਉਹ ਆਪਣੇ ਕੁਝ ਪੈਸੇ ਵਾਸਤੇ ਬਾਹਰ ਰੇੜੀ ਲਾ ਦਿੰਦਾ ਆਪਣਾ ਸਮਾਨ ਬਾਹਰ ਲਾ ਦਿੰਦਾ ਉਹ ਤੇ ਆਪਣਾ ਕੰਮ ਚਲਾ ਰਿਹਾ ਵੀ ਮੇਰਾ ਤਾਂ ਮੈਨੂੰ ਤਾਂ ਫ੍ਰੀ ਦੀ ਜਗ੍ਹਾ ਮਿਲ ਗਈ ਮੈਂ ਤਾਂ ਆਪਣਾ ਕੰਮ ਕਰ ਲਿਆ ਪਰ ਕਿੰਨੇ ਲੋਕ ਦੁਖੀ ਹੋ ਰਹੇ ਆ ਉਹਨਾਂ ਨੂੰ ਉਚਾਰੇ ਨੂੰ ਕਿਉਂ ਦੁਖੀ ਹੁੰਦੇ ਇੱਕ ਬੰਦੇ ਦੀ ਵਜ੍ਹਾ ਨਾਲ ਉਹ ਕੰਮ ਨਹੀਂ ਹੁੰਦੇ ਆਗੇ ਸ਼ਹਿਰ ਵਾਸੀਆਂ ਨੂੰ ਪਹਿਲ ਸਮਝਾਂਗੇ ਕੋਈ ਆਪਣੇ ਬੈਨੀਫਿਟ ਵਾਸਤੇ ਕੋਈ ਗਲਤ ਕੰਮ ਕਰਦਾ ਉਹ ਨਹੀਂ ਧੰਨ ਸਾਹਿਬਾ ਐਸਨ ਪਰਮੰਦਰ ਸਿੰਘ ਪੰਡਾਲ ਟ੍ਰੈਫਿਕ ਰੈਗੂਲੇਟ ਕਰਨ ਵਾਸਤੇ ਇੱਕ ਪੂਰਾ ਪਲਾਨ ਉਲੀਕਿਆ ਗਿਆ ਬਹੁਤ ਸਾਰੇ ਪੁਲਿਸ ਅਫਸਰ ਜਿਹੜੇ ਆ ਨਾਲ ਦੇ ਨਾਲ 70 ਮੋਟਰਸਾਈਕਲ ਵੀ ਉਤਾਰੇ ਗਏ ਨੇ ਸੜਕਾਂ ਤੇ 28 ਜਿਹੜੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਗੱਡੀਆਂ ਤੇ ਰਾਤ ਨੂੰ ਵੀ ਸੜਕਾਂ ਤੇ ਜਾਣਗੀਆਂ ਤੇ ਨਾਲ 10 ਮੋਟਰਸਾਈਕਲ ਰਾਤ ਨੂੰ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਵੀ ਕਰਨਗੇ ਤੇ ਟ੍ਰੈਫਿਕ ਨੂੰ ਵੀ ਰੈਗੂਲੇਟ ਕਰਨਗੇ ਇਹਨਾਂ ਦਾ ਕਹਿਣਾ ਕਿ ਪੁਲਿਸ ਤੇ ਆਪਣਾ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਵੀ ਸਾਡਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਸ਼ਹਿਰ ਤੁਹਾਡਾ ਹੈ ਸ਼ਹਿਰ ਨੂੰ ਸਾਫ਼ ਰੱਖਣਾ ਤੇ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨਾ ਸਾਡਾ ਵੀ ਉਨਾ ਹੀ ਫਰਜ਼ ਹੈ ਜਿੰਨਾ ਕਿ ਪੁਲਿਸ ਦਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਅੰਮ੍ਰਿਤਸਰ ਤੋਂ ਡੀ4 ਯੂਨਿਟ ਦੀਪਕ ਬਨਾਰੀ ਦੀ ਖਾਸ ਰਿਪੋਰਟ